ਸਤਿ ਸ਼੍ਰੀ ਅਕਾਲ ਮੇਰੇ ਸਾਰੇ ਵੀਰਾਂ ਨੂੰ ਜਿਹੜੇ ਕਿ ਇਸ ਵੀਡੀਓ ਨੂੰ ਦੇਖ ਰਹੇ ਹਨ। ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਗਰਮੀ ਆਉਣ ਦੇ ਨਾਲ ਮੱਖੀ ਮੱਛਰ ਪਸ਼ੂਆਂ ਨੂੰ ਬਹੁਤ ਤੰਗ ਕਰ ਰਹੇ ਹਨ, ਸਾਰਿਆਂ ਨੂੰ ਇਹ ਬਹੁਤ ਪਰੇਸ਼ਾਨੀ ਆ ਰਹੀ ਹੈ। ਜਿਵੇਂ ਆਪਾਂ ਸਾਰਿਆਂ ਰਲ ਕੇ ਇੱਕ ਘਰੇਲੂ ਉਪਾਅ ਲੱਭਿਆ ਹੈ ਇਸ ਦਾ, ਜਿਵੇਂ ਕਿ ਇਸ ਵਿੱਚ ਆਪਾਂ ਡੀਜ਼ਲ, ਸਰੋਂ ਦਾ ਤੇਲ, ਕਾਲਾ ਤੇਲ ਅਤੇ ਫਰਨੈਲ ਦੀ ਵਰਤੋਂ ਦੇ ਨਾਲ ਇਸ ਪ੍ਰੋਬਲਮ ਦਾ ਹੱਲ ਕਰ ਸਕਦੇ ਹਾਂ। ਇਸ ਲਈ ਸਾਰੀ ਜਾਣਕਾਰੀ ਆਪਣੇ ਵੀਰ ਵਰਿੰਦਰ ਤੁਹਾਨੂੰ ਦੱਸਣਗੇ ਕਿ ਕਿੰਨੀ ਕਿੰਨੀ ਚੀਜ਼ ਇਸ ਵਿੱਚ ਰਲਾਈ ਜਾਵੇ। ਆਪਾਂ ਨੂੰ ਲੋੜ ਅਨੁਸਾਰ 1 ਲੀਟਰ ਡੀਜ਼ਲ ਪਾਈਆ, ਸਰੋਂ ਦਾ ਤੇਲ ਅਤੇ ਪਾਈਆ ਚਾਹੀਦਾ ਆਪਾਂ ਨੂੰ ਕਾਲਾ ਤੇਲ, ਜਿਸ ਦੇ ਵਿੱਚ ਕੋਈ ਤੂੜੀ ਕਣ ਨਾ ਹੋਵੇ, ਜੋ ਕਿ ਪੰਪ ਦੇ ਵਿੱਚ ਚੱਲਦਿਆਂ ਕਿਸੇ ਵੀ ਰੁਕਾਵਟ ਦਾ ਕਾਰਨ ਨਾ ਬਣੇ। ਉਸ ਤੋਂ ਉਪਰੰਤ ਆਪਾਂ ਨੂੰ ਚਾਹੀਦੀ ਆ ਗੈਂਡਾ ਫਰਨੈਲ, ਅਤੇ ਇਹਨਾਂ ਸਾਰਿਆਂ ਦਾ ਇੱਕ ਥਾਂ ਬਣਾ ਕੇ ਘੋਲ ਅਤੇ ਇਸ ਨੂੰ ਆਸਾਨੀ ਨਾਲ ਪੰਪ ਦੀ ਮਦਦ ਨਾਲ ਆਪਾਂ ਪਹੂਆਂ 'ਤੇ ਕਰ ਸਕਦੇ ਹਾਂ। ਖਾਸ ਧਿਆਨ ਦੇਣ ਵਾਲੀ ਜਿਹੜੀ ਗੱਲ ਹੈ ਕਿ ਦੁੱਧ ਦੇਣ ਵਾਲੇ ਪਹੂਆਂ ਦੇ ਚੱਡੇ ਕੋਲ ਇਸ ਨੂੰ ਨਾ ਲਾਇਆ ਜਾਵੇ, ਤਾਂ ਕਿ ਦੁੱਧ ਦੇ ਵਿੱਚ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਾ ਆਵੇ, ਅਤੇ ਬਾਕੀ ਇਸ ਨੂੰ ਪੱਠਿਆਂ 'ਤੇ ਜਾਂ ਕਿਸੇ ਵੀ ਪਹੂ ਦੇ ਚੱਟਣ 'ਤੇ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਦਾ ਕਾਰਨ ਨਹੀਂ ਬਣ ਸਕਦਾ। ਸੋ ਇਸ ਨੂੰ ਹੁਣ ਇੱਕ ਵਾਰ ਆਪਾਂ ਮਿਲਾ ਕੇ ਤਾਂ ਉਸ ਤੋਂ ਉਪਰੰਤ ਆਪਾਂ ਤਿਆਰ ਕਰਦੇ ਹਾਂ, ਅਤੇ ਫਿਰ ਤੁਹਾਨੂੰ ਛਿਣਕਾ ਤੋਂ ਬਾਅਦ 'ਚ ਇਸ ਦਾ ਰਿਜ਼ਲਟ ਵੀ ਦਿਖਾਵਾਂਗੇ। ਹਾਂਜੀ, 1 ਲੀਟਰ ਡੀਜ਼ਲ ਦਾ ਰੇਟ ਜੋ ਕਿ 60-61 ਰੁਪਏ ਦੇ ਪਾਸ ਹੈ, ਠੀਕ ਹੈ ਜੀ। ਅਤੇ ਧਿਆਨ ਦੇਣ ਯੋਗ ਗੱਲ ਹੈ ਕਿ ਇਹ ਤਕਰੀਬਨ ਸਾਰਾ ਜੋ ਵੀ ਆਪਾਂ ਮਿਲਾ ਕੇ ਸਮਾਨ ਤਿਆਰ ਕਰਨਾ ਆ, ਇਸ ਦਾ ਖਰਚਾ 200 ਤੋਂ ਵੱਧ ਨਹੀਂ ਜਾਵੇਗਾ। ਤਕਰੀਬਨ ਜੋ ਵੀ ਆਪਾਂ ਨੂੰ ਬੋਤਲ ਚਾਹੀਦੀ ਹੈ ਜਾਂ ਸਪਰੇ ਪੰਪ ਚਾਹੀਦਾ ਹੈ, ਇਹ 200 ਤੋਂ ਵੱਧ ਨਹੀਂ ਜਾਊਗਾ ਖਰਚਾ ਤੁਹਾਡਾ। 60 ਰੁਪਏ ਦੇ ਗੇੜ ਲਾ ਲਓ ਆਪਾਂ 1 ਡੀਜ਼ਲ ਤੇਲ ਦਾ ਹੋ ਗਿਆ, ਉਸ ਤੋਂ ਉਪਰੰਤ ਸਰੋਂ ਦਾ ਤੇਲ ਜੇ ਮੰਨੀਏ ਤਾਂ ਆਪਣਾ ਤਕਰੀਬਨ 30 ਰੁਪਏ ਦਾ ਬਣ ਜਾਂਦਾ ਪਾਈਆ, ਅਤੇ ਉਸ ਤੋਂ ਉਪਰੰਤ ਕਾਲਾ ਤੇਲ ਉਹ ਵੀ 30 ਰੁਪਏ ਦੇ ਗੇੜ ਬਣ ਜਾਂਦਾ, ਅਤੇ ਜੋ ਕਿ ਆ ਆਪਣੇ ਗੈਂਡਾ ਫਰਨੈਲ ਦੀ ਬੋਤਲ ਆ, ਇਸ ਦਾ ਰੇਟ 40 ਰੁਪਈਏ ਹੋਲਸੇਲ 'ਤੇ ਆ, ਅਤੇ ਇਸਦਾ ਪ੍ਰਿੰਟ ਤੁਹਾਨੂੰ 65 ਰੁਪਏ ਮਿਲੂਗਾ। ਹਾਂਜੀ, ਅਤੇ ਬਾਕੀ ਤਿਆਰ ਕਰਨ ਤੋਂ ਉਪਰੰਤ ਬਾਅਦ ਤੁਹਾਨੂੰ ਇਹਦਾ ਰਿਜ਼ਲਟ ਵੀ ਦਿਖਾਇਆ ਜਾਊਗਾ। ਇਹ 450 ml ਦੀ ਬੋਤਲ ਤੁਹਾਨੂੰ ਮਿਲੂਗੀ ਤਕਰੀਬਨ 40 ਰੁਪਏ ਦੇ, ਠੀਕ ਹੈ ਜੀ। ਇਹਨੂੰ ਅੱਧਾ ਵਰਤਣਾ ਆ, ਅੱਧਾ ਤੁਸੀਂ ਰੱਖ ਸਕਦੇ ਹੋ ਅਗਲੀ ਸਪਰੇ ਲਈ। ਇਸ ਦੇ ਨਾਲ ਹੀ ਤੁਹਾਨੂੰ ਹੁਣ ਇਸਦਾ ਰਿਜ਼ਲਟ ਦਿਖਾਇਆ ਜਾਵੇਗਾ, ਅਤੇ ਮੱਖੀਆਂ ਦਾ ਜੋ ਵੀ ਰਿਜ਼ਲਟ ਦੇਖਣ ਨੂੰ ਮਿਲੇਗਾ ਤੁਹਾਨੂੰ ਬਹੁਤ ਹੀ ਕਾਮਯਾਬ ਨੁਸਖਾ ਦੱਸਿਆ ਜਾਊਗਾ ਤੁਹਾਡੇ ਸਾਹਮਣੇ। ਹੁਣ ਸਪਰੇ ਤੋਂ ਉਪਰੰਤ ਆਪਾਂ ਇਸਦਾ ਰਿਜ਼ਲਟ ਦੇਖਾਂਗੇ ਮੱਖੀਆਂ ਦੇ ਉੱਪਰ। ਤੁਸੀਂ ਆਪਣੀ ਅੱਖੀ ਇਸ ਦੇ ਰਿਜ਼ਲਟ ਨੂੰ ਦੇਖ ਲਿਆ ਹੈ, ਅਤੇ ਇਸ ਤਰ੍ਹਾਂ ਦੇ ਹੋਰ ਘਰੇਲੂ ਨੁਕਤੇ ਦੇਖਣ ਦੇ ਲਈ ਸਾਡੇ ਪੇਜ ਨੂੰ, ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਅਤੇ ਬੈੱਲ ਆਈਕਨ ਜ਼ਰੂਰ ਦਬਾਓ। ਸਤਿ ਸ਼੍ਰੀ ਅਕਾਲ।